अज दी वीडियो दे विच मैं तुहानू विखावांगी चक्कां दे विच बारिश दे खूबसूरत मनाजर ते हल्की हल्की बारिश होण डई आ। बारिश है ये इन्नी तेज नहीं हुई, इसे तो करके आई है सिर्फ त्रौंका ही लगा आ। जी इदां दीआं गलियां हुंदियां चक्कां दे विच पिंडां दे विच, ਉਹ ਜਿਹੜੇ ਸਾਈਡ ਤੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਣ ਡੀਆਂ ਦੋ ਖਾਲੀਆਂ ਜੀਆਂ ਬਣੀਆਂ, ਇਹ ਛੋਟੇ ਖਾਲੇ ਆ ਜਿਨ੍ਹਾਂ ਵਿੱਚੋਂ ਦੀ ਪਾਣੀ ਲੰਘਦਾ ਆ, ਤੇ ਉਹ ਸਰਿਓਂ ਕੱਢਣ ਵਾਲੀ ਜਿਹੜੀ ਆ ਮਸ਼ੀਨ ਆਈ ਹੋਈ ਸੀ ਚੱਕ ਚੋਤ ਉਹ ਖਲੋਤੀ ਆ, ਉਹ ਜ਼ਿਆਦਾ ਹੀ ਦੂਰ ਆ ਤੇ ਸ਼ਾਇਦ ਤੁਹਾਨੂੰ ਓਨੀ ਕਲੀਅਰ ਨਜ਼ਰ ਨਾ ਆਉਂਦੀ ਹੋਵੇ। ਉਹ ਪਰਲੀ ਸਾਈਡ ਤੇ ਸੜਕ ਤੇ ਪਰਲੀ ਸਾਈਡ ਤੇ ਦੋ ਖਾਲੇ ਲੰਘਦੇ ਆ, ਤੇ ਇੱਦਾਂ ਜੀ ਬਾਹਰ ਬਾਲਣ ਰੱਖਿਆ ਹੁੰਦਾ ਲੋਕਾਂ ਨੇ, ਮਾਲ ਡੰਗਰ ਵੀ ਬਾਹਰ ਹੀ ਬੰਨੇ ਹੁੰਦੇ ਨੇ। ਅਤੇ ਬਾਰਿਸ਼ ਜ਼ਰਾ ਹਲਕੀ ਆ, ਬਹੁਤ ਜ਼ਿਆਦਾ ਨਹੀਂ ਦੀ, ਬਾਜ਼ ਔਕਾਤ ਸਹੀ ਵੀ ਹੋ ਜਾਂਦੀ ਆ ਵੀ ਤੇਜ਼ ਬਾਰਿਸ਼ ਵੀ ਹੁੰਦੀ ਆ, ਲੇਕਿਨ ਅੱਜ ਜ਼ਰਾ ਬਾਰਿਸ਼ ਜਿਹੜੀ ਸੀ ਥੋੜ੍ਹੀ ਹਲਕੀ ਸੀਗੀ। ਅਤੇ ਇਹਦੇ ਨਾਲ ਇੰਨਾ ਕੁ ਹੋਇਆ ਕਿ ਮੌਸਮ ਜਿਹੜਾ ਆ ਉਹ ਖੁਸ਼ਗਵਾਰ ਹੋ ਗਿਆ, ਯਾਨੀ ਕਿ ਮੌਸਮ ਜਿਹੜਾ ਇੰਨਾ ਕੁ ਬਦਲ ਗਿਆ ਕਿ ਗਰਮੀ ਦੀ ਸ਼ਿੱਦਤ ਘੱਟ ਗਈ ਆ। ਅਤੇ ਆ ਜੀ ਇੱਦਾਂ ਲੋਕਾਂ ਨੇ ਬਾਹਰ ਬਾਲਣ ਰੱਖੇ ਹੁੰਦੇ ਨੇ ਆਪਦੇ ਬਾਲਣ ਲਈ, ਅਤੇ ਗਲੀਆਂ ਦੇ ਵਿੱਚ ਐਵੇਂ ਪਾਣੀ ਖੜ੍ਹਾ ਹੋ ਜਾਂਦਾ ਆ। ਆ ਥੋੜ੍ਹੀ ਬਾਰਿਸ਼ ਹੋਣ ਦਾ ਕਰਕੇ ਪਾਣੀ ਵੀ ਬਹੁਤ ਥੋੜ੍ਹਾ ਜਿਹੜਾ ਉਹ ਖੜ੍ਹਾ ਹੋਇਆ ਆ। ਥੋੜ੍ਹੇ ਜਿਹੇ ਬਾਲਣ ਦੀ ਢੇਰੀ ਨਜ਼ਰ ਆਉਣ ਡਈ ਹੈ। ਇਹ ਜਿਹੜਾ ਹੈ ਵੈਸੇ ਲੱਕੜਾਂ ਰੱਖੀਆਂ ਹੋਈਆਂ ਉਹਦੇ ਉੱਤੇ, ਆਹ ਜਿਹੜੇ ਬਾਲਣ ਆ ਇਹ ਜਿਹੜਾ ਲੋਕ ਬਾਹਰ ਬਾਲਣ ਲਈ ਰੱਖਦੇ ਆ ਘਰਾਂ ਤੋਂ ਨਾਲ, ਅਤੇ ਘਰਾਂ ਦੇ ਜਾਂ ਸਾਈਡ 'ਤੇ ਕੋਈ ਖਾਲੀ ਹਾਤਾ ਹੋਵੇ ਉੱਥੇ ਬਾਲਣ ਲਈ, ਜਾਂ ਫਿਰ ਬਿਲਕੁਲ ਬਾਜ਼ ਔਕਾਤ ਗਲੀਆਂ ਦੇ ਵਿੱਚ ਹੀ ਰੱਖ ਦਿੰਦੇ ਨੇ। ਅਤੇ ਆਹ ਲੱਕੜਾਂ ਦਾ ਮੈਂ ਦੱਸਣ ਡਈ ਸੀ ਕਿ ਇੱਥੇ ਗਟਰ ਆ, ਗਟਰ ਦੇ ਉੱਤੇ ਵੀ ਲੋਕ ਨਿਸ਼ਾਨੀ ਲਾਉਣ ਲਈ ਵੀ ਲੱਕੜ ਰੱਖ ਦਿੰਦੇ ਆ ਕਿ ਇਹ ਗਟਰ ਆ। ਅਤੇ ਆ ਸਾਹਮਣੇ ਜਿਹੜੇ ਤੁਹਾਨੂੰ ਦੋ ਨੱਕੇ ਪਏ ਨਜ਼ਰ ਆਉਣ ਡਏ ਆ, ਅਤੇ ਅਗਾਂਹ ਜਿਹੜੀ ਆ ਪੱਕੀ ਖਾਲੀ ਲੰਘਦੀ ਆ ਜਿੱਥੋਂ ਦੀ ਸਿਵਰੇਜ ਦਾ ਪਾਣੀ ਜਿਹੜਾ ਆ ਉਹ ਜਾਂਦਾ ਆ। ਅਤੇ ਪੱਕੀਆਂ ਖਾਲੀਆਂ ਤਾਂ ਬਣੀਆਂ ਹੋਈਆਂ ਆ, ਪਰ ਇਹ ਆ ਕਿ ਚੱਲਦੀਆਂ ਜ਼ਰਾ ਇੱਦਾਂ ਹੀ ਆ ਕਿ ਸਫਾਈ ਹੋ ਗਈ ਤਾਂ ਠੀਕ ਆ, ਨਹੀਂ ਤਾਂ ਕਈਆਂ ਜਗ੍ਹਾ 'ਤੇ ਇਹ ਵੀ ਪੂਰੀਆਂ ਗਈਆਂ ਆ। ਇਹ ਪਾਣੀ ਉੱਦਾਂ ਹੀ ਡਾਇਰੈਕਟ ਸਿੱਧਾ ਗਲੀ ਦੇ ਵਿੱਚ ਜਿੱਦਾਂ ਖੜ੍ਹਾ ਹੁੰਦਾ ਹੈ ਇੱਦਾਂ ਖੜ੍ਹਾ ਹੋ ਜਾਂਦਾ। ਅਤੇ ਆ ਬਾਹਰ ਦਾ ਕਰਕੇ ਜਿਹੜਾ ਆ ਇੱਥੇ ਸੋਲਮ ਵੀ ਲੱਗੀ ਹੋਈ ਆ। ਆ ਸੜਕ ਜਿਹੜੀ ਆ ਇਹ ਪੱਕੀ ਆ, ਯਾਨੀ ਕਿ ਇੱਟਾਂ ਦੀ ਬਣੀ ਹੋਈ ਸੜਕ ਆ। ਅਤੇ ਉਹਦੇ ਸਾਹਮਣੇ ਤੁਹਾਨੂੰ ਰੇੜੀ ਖਲੋਤੀ ਨਜ਼ਰ ਆਉਣ ਡਈ ਹੋਵੇਗੀ, ਕੋਲ ਕੁੱਕੜੀਆਂ ਆ, ਕੁੱਤਾ ਆ, ਅਤੇ ਇੱਦਾਂ ਦਾ ਮਾਹੌਲ ਹੁੰਦਾ ਆ ਚੱਕਾਂ ਦਾ ਪਿੰਡਾਂ ਦਾ। ਆ ਦੇਖੋ ਜੀ ਪਰਿੰਦੇ ਆ, ਅਤੇ ਆਹ ਲਾਲੀ ਆ, ਅਤੇ ਲਾਲੀ ਮੈਨੂੰ ਲੱਗਦਾ ਪਾਣੀ ਪੀਣ ਆਉਣ ਡਈ ਆ ਖਾਲੀ 'ਚੋਂ। ਅਤੇ ਇੱਦਾਂ ਜੀ ਜਾਨਵਰ ਪਰਿੰਦੇ ਜਿਹੜੇ ਤੁਹਾਨੂੰ ਜਿਹੜੇ ਇੱਥੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਗਲੀਆਂ ਦੇ ਵਿੱਚ, ਅਤੇ ਓਵਰਆਲ ਵੀ ਹਰ ਜਗ੍ਹਾ 'ਤੇ ਫਿਰਦੇ ਹੋਏ ਖੁੱਲ੍ਹੇ। ਅਤੇ ਉਮੀਦ ਆ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ।